ये थोड़ी अगे गड्डी चलानी बनी गल फिर एक मिनट खिला ला चाबी ਇਹਨੂੰ ਘੇਰਨਾ ਭਾਜੀ ਅੱਗੇ ਮਾਰ ਕੇ ਆ ਕਿਸੇ ਨੂੰ ਚੱਲ ਚੱਲ ਆ ਜਾ ਸੈਡ ਮਾਰ ਲੋਗੜਾ ਬੰਦਾ ਵੀ ਤਾਂ ਤਾਂ ਸੁਤਰੀ ਬੰਦੇ ਦਾ ਬੰਦਾ ਇਹ ਸੈਡ ਮਾਰ ਕੇ ਧਿਆਨ ਮੈਂ ਤਾਂ ਹੀ ਅੱਗੇ ਨਾਲ ਸੈਡ ਮਾਰ ਦੇ ਗੱਲ ਨਹੀਂ ਕਰ ਇਹ ਕਿਸੇ ਦੇ ਸਾਥ ਲਾਉਂ ਸਮਝਾ
ਭਾਜੀ ਇਹਦੇ ਬਜ਼ੁਰਗ ਜੋੜਾ ਮੇਰੇ ਕੋਲ ਆਇਆ ਸੀ ਅਤੇ ਉਹ ਬਜ਼ੁਰਗ ਦੇ ਹੱਥ 'ਤੇ ਖੁੰਡੀ ਅਤੇ ਉਹ ਮੈਨੂੰ ਆ ਕੇ ਕਹਿੰਦੇ ਵੀ ਤੁਸੀਂ ਭਾਅ ਜੀ ਆ ਟੈਂਪੂ ਵਾਲਾ ਸਾਨੂੰ ਖਰਾਬ ਕਰਨ ਲਿਆ, ਜਾਣਾ ਅਸੀਂ ਗਾਂ ਇੱਧਰ ਗ੍ਰੀਨ ਕਿਤੇ ਨਾ ਜਾਣਾ ਅਸੀਂ ਕਿਤੇ, ਅਤੇ ਉਸ ਤੋਂ ਬਾਅਦ ਮੈਂ ਉਹਨੂੰ ਬਾਅਦ 'ਚ ਮੈਂ ਕਿਉਂ ਤੂੰ ਇੱਥੇ ਤੋਂ ਇਹਨਾਂ ਨੂੰ ਤਾਰ ਲਿਆ, ਅਤੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਵੀ ਮੈਂ ਤੁਹਾਡੇ ਖੁੰਡੀ ਖੋਗੇ ਤੁਹਾਡੇ ਮਾਰੂੰਗਾ ਬਜ਼ੁਰਗ ਜੋੜੇ ਨੂੰ, ਅਤੇ ਉਸ ਤੋਂ ਬਾਅਦ ਮੈਂ ਉਹਨੂੰ ਮੈਂ ਕਿਹਾ ਯਾਰ ਤੂੰ ਚੰਗਾ ਬੰਦਾ, ਇੰਨੇ ਚਿਰ ਨੂੰ ਵੇਖਿਆ ਉਹਨੇ ਸ਼ਰਾਬ ਪੀਤੀ ਸੀ ਪਤਾ ਨਹੀਂ ਕੀ ਮਹਿਲ ਲਾਉਣ ਡੇ ਸੀ, ਅਤੇ ਮੈਂ ਕਿਹਾ ਵੀ ਤੂੰ ਗਲਤ ਆ ਤੂੰ ਸ਼ਰਾਬ ਪੀਤੀ ਆ, ਇੰਨੇ ਚਿਰ ਨੂੰ ਮੈਨੂੰ ਵੀ ਪੁੱਛਿਆ ਸੀ ਉਹਨਾਂ ਨੂੰ ਬੋਲ ਕੇ ਅਤੇ ਚਲੇ ਗਿਆ ਗਾਲਾਂ ਗੁਲਾਂ ਕੱਢ ਕੇ, ਫਿਰ ਅਸੀਂ ਪਿੱਛਾ ਕੀਤਾ ਅਤੇ ਬੜੀ ਦੂਰੋਂ ਜਾ ਕੇ ਅਸੀਂ ਕੇਸਿਸ ਉਸਨੂੰ ਹੋ ਗਏ ਜਾ ਕੇ ਉਹ ਕਾਸਾ ਟਾਲ ਦੇ ਬਾਹਰ ਮੋਹਣੀ ਪਾਲ ਤੋਂ ਅੰਦਰੋਂ ਜਾ ਕੇ ਉਹ ਲੈਣ ਤੋਂ ਬਾਹਰੋਂ ਜਾ ਕੇ ਉਹਨੂੰ ਫੜ ਕੇ ਲੈਣ, ਆਟੋ ਨੂੰ ਫੜਿਆ ਕਿ ਬੰਦਾ ਫੜਿਆ ਗਿਆ, ਨਹੀਂ ਬੰਦਾ ਫੜਿਆ ਗਿਆ, ਬੰਦਾ ਨਹੀਂ ਆਟੋ ਲੈ ਕੇ ਆਇਆ ਬੰਦਾ ਭੱਜ ਗਿਆ। ਅੱਛਾ ਐਕਸੀਡੈਂਟ ਕਿੰਨੇ ਕੀਤੇ ਆ? ਐਕਸੀਡੈਂਟ ਇਹਨੇ ਘੱਟ ਤੋਂ ਘੱਟ ਕਿੰਨਾ ਚੌਂ ਬੰਦਿਆਂ ਦੇ ਵਿੱਚ ਵੱਜਾ, ਦੋ ਤਿੰਨ ਗੱਡੀਆਂ ਦੇ ਵਿੱਚ ਵੱਜਾ, ਇੱਕ ਐਕਟਿਵਾ ਨੇ ਖਾਲਸਾ ਕਾਲਜ ਲੱਗੇ ਸਾਰੀ ਉਹਦੇ ਵਿੱਚ ਵੱਜ ਕੇ ਗਾਂ, ਗੱਡੀਆਂ ਛਿਲੀਆਂ ਵੀ ਲੋਕਾਂ ਦੀਆਂ, ਗੱਡੀਆਂ ਛਿਲੀਆਂ ਕਈ ਗੱਡੀਆਂ ਛੋੜੀਆਂ ਆਪਣੇ ਇਹਦੇ ਲੱਗ ਗਈ। ਅੱਛਾ ਹੁਣ ਇਹ 'ਤੇ ਕਾਰਵਾਈ ਕੀ ਕੀਤੀ ਜਾਏਗੀ? ਜੋ ਵੀ ਬਣਦੀ ਕਾਰਵਾਈ ਕਰਦੇ ਜੀ। ਹੁਣ ਆਟੋ ਫੜਿਆ ਗਿਆ? ਹਾਂਜੀ ਆਟੋ ਲੈਣ ਦਾ। ਠੀਕ ਹੈ ਭਾਜੀ, ਲੱਗਦਾ ਕਿ ਜਾਨ ਦਾ ਖਤਰਾ ਤੁਹਾਨੂੰ ਵੀ ਹੋ ਸਕਦਾ ਜੀ ਜਿਸ ਤਰ੍ਹਾਂ ਸਾਈਡ ਮਾਰਦਾ ਪਿਆ। ਬੜੀ ਜ਼ੋਰ ਨਾਲ ਬੜਾ ਜ਼ਿਆਦਾ ਮੈਂ ਤੇ ਆਪ ਹੀ ਮਾਰੀ।